आल टू न्यूज चैनल दे विच तुहाडा स्वागत। बटाले दे गुरसिख नौजवान ने 120 घंटे तबला वादन करके अपना नाम इंडिया वर्ल्ड बुक ऑफ रिकॉर्ड दे विच दर्ज करवाया। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਆਈਕਨ ਵੀ ਦਬਾ ਲਓ। ਕਹਿੰਦੇ ਹਨ ਕਿ ਕਿਸੇ ਮੁਕਾਮ ਨੂੰ ਹਾਸਲ ਕਰਨ ਲਈ ਅਗਰ ਪੂਰੀ ਸ਼ਿੱਦਤ ਅਤੇ ਮਿਹਨਤ ਨਾਲ ਕੰਮ ਕੀਤਾ ਜਾਵੇ ਤਾਂ ਉਸ ਮੁਕਾਮ ਨੂੰ ਹਾਸਲ ਕਰਨ ਲਈ ਕੁਦਰਤ ਵੀ ਸਾਡਾ ਸਾਥ ਦਿੰਦੀ ਹੈ। ਐਸਾ ਹੀ ਕੁਝ ਕਰ ਵਿਖਾਇਆ ਹੈ ਬਟਾਲਾ ਸ਼ਹਿਰ ਦੇ ਨੌਜਵਾਨ ਅਮ੍ਰਿਤਪ੍ਰੀਤ ਸਿੰਘ ਨੇ, ਜਿਸ ਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰਕੇ इंडिया बुक ऑफ वर्ल्ड रिकॉर्ड दे विच अपना नाम दर्ज करवा लिया है। ते नाल ही बटाले अते अपने मापियां दा नाम विश्व पद्धर दे उते चमकाया है। इस तो पहला तबला वादन दे विच विश्व रिकॉर्ड 110 घंटे का सी। गुरु नानक कॉलेज तो ग्रेजुएशन कर रहे अमृतप्रीत सिंह ने दसिया कि उसने 31 दिसंबर 2022 तो सवेरे 11 बजे श्री गुरु साहिब जी दे अगे अरदास बेनती करके तबला वादन की शुरुआत की थी। 5 जनवरी 2023 नू सवेरे 11 बजे तक लगातार 5 दिन 5 रातां तबला वादन करके ये रिकॉर्ड कायम किया है। अते हुण ओह लिम्का बुक ते वर्ल्ड बुक ऑफ गिनीस लई तैयारी शुरू कर रहा है ताकि उन्होंने भी वह अपना नाम दर्ज करा सके। अमृतप्रीत सिंह ने होर दसिया कि वह बचपन तो ही संगीत सुनने दे विच रुचि रखता सी, पर उसनू केवल तबला ही चंगा लगता सी। उसने घर दे विच ही खाली डब्बे वजाने शुरू कर दिते ते उस तो बाद 9 साल की उम्र दे विच तबला वादन की सिखलाई लैनी शुरू कर दिती। रोजाना ही 6 से 7 घंटे उसने रियाज करना शुरू कर दिता जो कि अज तक चलता आ रहा है। हुण तक उसने निष्काम धर्म प्रचार कर रही वख-वख जथेबंदियां नाल सेवा करनी शुरू कर दिती सी। इस तों इलावा 17 साल की उम्र तो ही वह गुरद्वारा शहीदां साहिब ते श्री हरिमंदर साहब जी विखे भी हजूरी रागी भाई गुरदेव सिंह जी, भाई गुरप्रीत सिंह जी, भाई अनूप सिंह जी, भाई पलविंदर सिंह जी नाल सेवा निभाउंदा आ रहा है। अमृतप्रीत ने कहा कि इस मुकाम नूं हासिल करन विच उसदे परिवार का पूरा सहयोग उसनूं मिल रहा है। उसने नौजवानों नूं खास संदेश दिंदिया कहा कि नौजवानों नूं अपना निशाना मिथ के गुरु साहिबान दे आशीर्वाद दे नाल मेहनत करनी शुरू कर देनी चाहीदी है। जे ओह मेहनत करनगे तां उन्हां दी मंजिल तक पहुंचना उन्हां लई आसान हो जाएगा ते कोई भी मंजिल ओह पा सकदे ने। अमृतपाल सिंह बटाले दे जीवन दे उत्ते जे झात मारीए ਤਾਂ ਉਹ ਪ੍ਰਸਿੱਧ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਕਾਰਜਕਰਤਾ ਗੁਰਦਰਸ਼ਨ ਸਿੰਘ ਦੇ ਬੇਟੇ ਹਨ। ਉਹਨਾਂ ਦੇ ਪਿਤਾ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੇ ਬੇਟੇ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਨਾਲ ਹੀ ਉਹਨਾਂ ਨੇ ਨੌਜਵਾਨ ਪੀੜ੍ਹੀ ਅਤੇ ਮਾਪਿਆਂ ਸਮੇਤ ਸਿੱਖ ਸੰਸਥਾਵਾਂ ਅਤੇ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਹੁਨਰ ਨੂੰ ਪਹਿਚਾਨਣ ਅਤੇ ਉਹਨਾਂ ਨੂੰ ਅੱਗੇ ਵਧਣ ਦੇ ਵਿੱਚ ਮਦਦ ਕਰਨ ਤਾਂ ਕਿ ਬੱਚੇ ਆਪਣੇ ਉਸ ਹੁਨਰ ਦੇ ਨਾਲ ਪਰਿਵਾਰ, ਸ਼ਹਿਰ, ਕੌਮ ਤੇ ਦੇਸ਼ਾਂ ਦਾ ਨਾਂ ਵਿਦੇਸ਼ਾਂ ਵਿੱਚ ਤੇ ਦੇਸ਼ਾਂ ਦੇ ਵਿੱਚ ਰੋਸ਼ਨ ਕਰ ਸਕਣ। ਆਓ ਦੇਖਦੇ ਹਾਂ ਆਲ ਟੂ ਨਿਊਜ਼ ਦੀ ਇੱਕ ਖਾਸ ਰਿਪੋਰਟ। सब तो पहला जी वाहिगुरु जी का खालसा वाहिगुरु जी की फतेह जी। रिकॉर्ड जी मतलब बचपन तो शौक है जी तबले का, बचपन तो मतलब धार्मिक गीत मतलब धार्मिक कैसटा सुनिया जी। उन्हें तो सिर्फ तबले के मैं मतलब रिकॉर्डिंग सुनती होंगी सी, मतलब तबला ही सिर्फ मैं सुनता है जी। ਸੁਰਗਿਆਂ ਤਾਂ ਚਲੋ ਬਚਪਨ ਤੋਂ ਮਤਲਬ ਮਾਰੇ ਦੀ ਕਿਰਪਾ ਨਾਲ ਚਲੋ ਹੋ ਗਿਆ ਹੈ ਜੀ। ਅਤੇ ਜਦੋਂ ਸਾਡੇ ਬਟਾਲੇ ਦੇ ਭਾਈ ਜਗਜੀਤ ਸਿੰਘ ਬਟਾਲਵੀ ਜੀ ਨੇ ਮਤਲਬ ਰਿਕਾਰਡ 110 ਘੰਟੇ ਦਾ ਬਣਾਇਆ ਜੀ, ਅਤੇ ਉਸ ਤੋਂ ਬਾਅਦ ਮੈਂ ਨਿਸ਼ਚਾ ਕੀਤਾ ਕਿ ਮਤਲਬ ਮੈਂ ਵੀ ਰਿਕਾਰਡ ਬਣਾਊਂਗਾ ਜੀ ਆਪਣਾ, ਅਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਕੇ ਜੀ ਜਿਹੜਾ ਮੁਕਾਮ ਆਪਣੇ ਹਾਸਲ ਲਿਆ ਜੀ। ਮੈਂ ਕਿਸ ਤਰੀਕੇ ਦਾ ਰਿਕਾਰਡ ਹੈ ਮੇਰਾ ਜੀ? ਇੰਡੀਅਨ ਬੁੱਕ ਆਫ ਰਿਕਾਰਡ ਦੇ ਵਿੱਚ ਮਤਲਬ ਨਾਂ ਦਰਜ ਹੈ ਜੀ। 120 ਘੰਟੇ ਲਗਾਤਾਰ ਮੈਂ ਤਬਲਾ ਜਿਹੜਾ ਜੀ ਵਜਾਇਆ ਵਾ ਜੀ, ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਮਤਲਬ ਸਾਰਾ ਕੁਝ ਹੋਇਆ ਜੀ। ਫਿਰ ਰਿਕਾਰਡ ਕਿਸ ਤਰੀਕੇ ਨਾਲ ਬਣਾਉਂਦੇ ਨੇ, ਤੁਹਾਨੂੰ ਉੱਥੇ ਜਾਣਾ ਪਿਆ ਜਾਂ ਫਿਰ ਕਿਸ ਤਰੀਕੇ ਨਾਲ? ਨਹੀਂ ਜੀ, ਉਹਨਾਂ ਨੇ ਸਾਨੂੰ ਆਪਣਾ ਲਿੰਕ ਮਤਲਬ ਸੈਂਡ ਕਰਤਾ ਸੀ ਜੀ, ਜਦੋਂ ਅਸੀਂ ਲਿੰਕ ਓਪਨ ਕੀਤਾ ਮਤਲਬ 24 ਘੰਟੇ ਉਹ ਸਾਨੂੰ ਦੇਖਦੇ ਸੀ ਜੀ,
ਅਤੇ 24 ਘੰਟੇ ਦੇ ਵਿੱਚ ਉਹਨਾਂ ਨੇ ਸਾਨੂੰ 2 ਘੰਟੇ ਦਿੱਤੇ ਸੀ, ਤੁਸੀਂ ਆਪਣੀ ਬ੍ਰੇਕ ਲੈ ਸਕਦੇ ਜੇ, ਪਰ ਮੈਂ ਉਹਨੂੰ ਮੈਨੇਜ ਕੀਤਾ ਜੀ 6-6 ਘੰਟੇ 9-9 ਘੰਟੇ ਵਜਾ ਕੇ, ਅਤੇ ਉਹਦੇ ਵਿੱਚ 15 ਜਾਂ 1/2 ਘੰਟੇ ਦੀ ਮਤਲਬ ਬ੍ਰੇਕ ਲੈ ਕੇ ਸਾਰਾ ਆਪਣਾ ਕੀਤਾ ਜੀ, ਤਬਲਾ ਵਜਾਇਆ ਜੀ। 120 ਘੰਟੇ ਲਗਾਤਾਰ ਤਬਲਾ ਵਜਾਉਣਾ, ਮਿਹਨਤ ਲੱਗਦੀ ਹੈ ਬਾਹਾਂ ਦੀ ਵੀ, ਸਰੀਰ ਦੀ ਵੀ, ਫਿਰ ਸਰੀਰ ਦਾ ਜਾਂ ਬਾਹਾਂ ਦਾ ਕੀ ਹਾਲਾਤ ਬਣੇ? ਹਾਲਾਤ ਜੀ ਬਾਹਾਂ ਮਤਲਬ ਜ਼ਿਆਦਾ ਦੁਖੀਆਂ ਸੀ ਜੀ ਉਸ ਤੋਂ ਬਾਅਦ, ਅਤੇ ਸਰੀਰ ਵੀ ਥੋੜ੍ਹਾ ਜਿਹਾ ਮਤਲਬ ਫੀਵਰ ਵੀ ਫੀਲ ਹੁੰਦਾ ਸੀ ਜੀ, ਪਰ ਹੁਣ ਨਿਸ਼ਚਾ ਕੀਤਾ ਇੱਕ ਨਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਸੀ ਜੀ, ਤੇ ਗੁਰੂ ਸਾਹਿਬ ਨੇ ਸਾਰਾ ਆਪ ਹੀ ਹੱਥ ਦੇ ਕੇ ਮਤਲਬ ਸਾਰੇ ਕਾਰਜ ਲੰਬੇ ਆ ਜੀ। ਜਦੋਂ ਸਫਲਤਾ ਮਿਲੀ ਫਿਰ ਤੇ ਉਦੋਂ ਕਿਸ ਤਰ੍ਹਾਂ ਲੱਗਾ? ਉਹਦੇ ਤੋਂ ਬਾਅਦ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਮਤਲਬ ਮਹਾਰਾਜ ਦਾ ਸ਼ੁਕਰਾਨਾ ਕੀਤਾ ਸੀ ਜੀ ਕਿ ਤੁਸੀਂ ਸੇਵਾ ਲਈ ਹੈ ਜੀ ਸਾਰੀ। ਕਿਵੇਂ ਸ਼ੌਂਕ ਪਿਆ ਤਬਲਾ ਵਜਾਉਣ ਦਾ? ਤਬਲੇ ਦਾ ਸ਼ੌਂਕ ਜੀ ਬਚਪਨ ਤੋਂ ਹੀ ਜੀ, ਜਦੋਂ ਮਤਲਬ ਸੁਸਾਇਟੀਆਂ ਦੇ ਵਿੱਚ ਜਾ ਕੇ ਪ੍ਰੋਗਰਾਮਾਂ ਦੇ ਵਿੱਚ ਤਬਲਾ ਵਾਦਕ ਨੂੰ ਦੇਖਣਾ ਜਾਂ ਤਬਲਾ ਜਿਹੜਾ ਵਜਾਉਂਦੇ ਆ ਜੀ, ਅਤੇ ਆਪਣੇ ਮਨ 'ਚ ਹੁੰਦਾ ਸੀ ਕਿ ਹਾਂ ਇੱਕ ਦਿਨ ਮੈਂ ਵੀ ਮਤਲਬ ਇਹਨਾਂ ਵਾਂਗੂ ਤਬਲਾ ਵਜਾਊਂਗਾ ਜੀ। ਸਾਡੀ ਸਿੱਖ ਕੌਮ ਦੇ ਵਿੱਚ ਬਹੁਤ ਮਤਲਬ ਨਾਮ ਮਤਲਬ ਜਿਹੜਾ ਜਿਹੜਾ ਨਾਂ ਅਪਣਾਇਆ ਜੀ ਆਪਣੇ, ਸਾਡੇ ਬਟਾਲੇ ਦੇ ਭਾਈ ਜਗਜੀਤ ਸਿੰਘ ਜੀ, ਭਾਈ ਸਤਬੀਰ ਸਿੰਘ ਜੀ ਆ ਜੀ, ਡਾਕਟਰ ਗੁਰਿੰਦਰ ਜੀ ਬੜਾ ਬਹੁਤ ਹੀ ਮਤਲਬ ਰਸ ਭਿੰਨਾ ਕੀਰਤਨ ਕਰਦੇ ਆ ਜੀ। ਅਤੇ ਜਦੋਂ ਭਾਈ ਹਰਦੇਵ ਸਿੰਘ ਹੋਣਾ ਕੋਲ ਕਿਹਾ ਜੀ, ਉਹਨਾਂ ਨੇ ਆਪਣੇ ਬੱਚਿਆਂ ਵਾਂਗ ਤਬਲਾ ਮੈਨੂੰ ਸਿਖਾਇਆ ਜੀ, ਅਤੇ ਉਹ ਤੋਂ ਬਾਅਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸੇਵਾ ਕਰਨ ਦਾ ਮੌਕਾ ਮਿਲਿਆ ਜੀ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਕਿੰਨੇ ਸਾਲ ਸੇਵਾ ਕੀਤੀ, ਕਿੰਨਾ ਕਿੰਨਾ ਜਥਿਆਂ ਦੇ ਨਾਲ ਤੁਸੀਂ ਆਪਣਾ ਸਟੇਜਾਂ ਸਾਂਝੇ? ਹਾਂਜੀ, ਸਭ ਤੋਂ ਪਹਿਲਾਂ ਜੀ ਮੈਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਭਾਈ ਗੁਰਦੇਵ ਸਿੰਘ ਜੀ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਜੀ। ਉਸ ਤੋਂ ਬਾਅਦ ਭਾਈ ਗੁਰਪ੍ਰੀਤ ਸਿੰਘ, ਭਾਈ ਅਨੂਪ ਸਿੰਘ, ਭਾਈ ਪਲਵਿੰਦਰ ਸਿੰਘ ਅਤੇ ਹੋਰ ਅਨੇਕਾਂ ਰਾਗੀ ਸਿੰਘਾਂ ਦੇ ਨਾਲ, ਭਾਈ ਗਗਨਦੀਪ ਸਿੰਘ ਹੋਣਾ ਦੇ ਨਾਲ ਵੀ ਮਤਲਬ ਮੌਕਾ ਮਿਲਿਆ ਜੀ। ਤਬਲਾ ਗੌਰ ਕਿਹਦੇ ਤੋਂ ਸਿੱਖੇ? ਤਬਲਾ ਸਟਾਰਟਿੰਗ ਦਾ ਭਾਈ ਗੁਰਦੁਆਰਾ ਸਾਹਿਬ ਤੋਂ ਕੀਤਾ ਸੀ ਜੀ, ਸਾਡੇ ਉਸਤਾਦ ਭਾਈ ਇਕਬਾਲ ਸਿੰਘ ਜੀ ਆਉਂਦੇ ਸੀ ਜੀ, ਅਤੇ ਉਹਨਾਂ ਤੋਂ ਬਾਅਦ ਭਾਈ ਹਰਦੇਵ ਸਿੰਘ ਹੋਣਾ ਕੋ, ਅਤੇ ਉਹਨਾਂ ਤੋਂ ਬਾਅਦ ਭਾਈ ਉਸਤਾਦ ਬਬਲੂ ਜੀ ਹੋਣਾ ਕੋ ਸਿੱਖਦਾ ਪਿਆ ਜੀ। ਹੁਣ ਇੱਕ ਤੇ ਰਿਕਾਰਡ ਕੰਮ ਕਰ ਲਿਆ, ਹਾਂਜੀ ਸੋਚ ਹੈਗੀ ਹੈ, ਕਿਉਂਕਿ ਅੱਗੇ ਹਾਲੇ ਹੋਰ ਵੀ ਭਰਾ ਬੜੇ ਰਿਕਾਰਡ ਪਏ ਆ, ਅਤੇ ਉਸ ਤਰੀਕੇ ਦੀ ਕਿਸ ਤਰੀਕੇ ਨਾਲ ਫਿਰ ਮਿਹਨਤ ਚੱਲੂ? ਹਾਂਜੀ, ਹੁਣ ਆਪਣਾ ਨਿਸ਼ਚਾ ਤੇ ਹੈ ਜੀ ਗਿਨੀਸ ਵਰਲਡ ਬੁੱਕ ਦਾ, ਬਾਕੀ ਜੋ ਹੋਣਾ ਅਕਾਲ ਪੁਰਖ ਦੇ ਭਾਣੇ ਵਿੱਚ ਹੀ ਹੈ ਜੀ। ਸਾਥ ਕਿਹਦਾ ਕਿਹਦਾ ਰਿਹਾ? ਸਾਥ ਜੋ ਵੀ ਅੱਜ ਮੁਕਾਮ ਹਾਸਲ ਕੀਤਾ ਜੀ, ਇਹ ਇਹਨਾਂ ਦੀ ਬਦੌਲਤ ਕੀਤਾ ਜੀ, ਅਤੇ ਘਰਦਿਆਂ ਦਾ ਬਹੁਤ ਰੇਣੀ ਹੈ ਜੀ ਜਿਨ੍ਹਾਂ ਨੇ ਇਸ ਕੰਮ ਵਾਸਤੇ ਪ੍ਰੇਰਿਤ ਕੀਤਾ ਜੀ। ਬਾਕੀ ਭੈਣ ਜੀ ਹੋਣਾ ਨੇ ਬਹੁਤ ਸਪੋਰਟ ਕੀਤੀ ਜੀ, ਮੇਰੀ ਵੱਡੀ ਮਤਲਬ ਸਿਸਟਰ ਹੋਣਾ ਨੇ, ਅਤੇ ਡੈਡੀ ਮੰਮੀ ਨੇ ਬਹੁਤ ਸਪੋਰਟ ਕੀਤਾ ਜੀ, ਜਿੱਥੇ ਵੀ ਕਿਤੇ ਮਤਲਬ ਕੀਰਤਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਅਤੇ ਇਹਨਾਂ ਨੇ ਕਦੀ ਨਾਂਹ ਨਹੀਂ ਕੀਤੀ ਜੀ। ਸਗੋਂ ਨੌਜਵਾਨ ਪੀੜ੍ਹੀ ਨੂੰ ਇਹੀ ਆ ਜੀ, ਸਾਡੀ ਰੂਹ ਦੀ ਖੁਰਾਕ ਜਿਹੜੀ ਕੀਰਤਨ ਆ ਜੀ, ਸੋ ਜਿਸ ਕੰਮ ਵਾਸਤੇ ਅਸੀਂ ਨਿਸ਼ਚਾ ਕੀਤਾ ਕਿ ਹਾਂ ਅਸੀਂ ਉਹ ਕੰਮ ਹਾਸਲ ਕਰਨਾ, ਅਤੇ ਸਾਨੂੰ ਪੂਰਾ ਆਪਣਾ ਮਨੋ ਤੋਂ ਕਰਨਾ ਚਾਹੀਦਾ ਜੀ, ਬਾਕੀ ਫਲ ਦੇਣਾ ਉਸ ਪਰਮਾਤਮਾ ਦੇ ਹੱਥ ਆ ਜੀ। ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਗੁਰੂ ਸਾਹਿਬ ਨੇ ਮੈਨੂੰ ਇਹੋ ਜਿਹਾ ਬੱਚਾ ਦਿੱਤਾ ਜਿਹਨੇ ਮੇਰਾ ਨਾਮ ਜਿਹੜਾ ਉਹ ਇੱਕ ਤਰ੍ਹਾਂ ਨਾਲ ਪੂਰੀ ਦੁਨੀਆ ਤੱਕ ਜਿਹੜਾ ਰੋਸ਼ਨ ਕੀਤਾ ਹੈ, ਅਤੇ ਮੈਂ ਤਾਂ ਦੇਣ ਨਹੀਂ ਦੇ ਸਕਦਾ ਗੁਰੂ ਪਾਤਸ਼ਾਹ ਦਾ, ਕਿਉਂਕਿ ਕਿਰਪਾ ਸਾਰੀ ਉਹਨਾਂ ਦੀ ਆ, ਹੈ ਨਾ। ਅਤੇ ਕਹਿਣਾ ਮੈਂ ਇਹ ਚਾਹੂੰਗਾ ਜਿਹੜੇ ਮਾਂ ਬਾਪ ਨੇ, ਖਾਸ ਕਰ ਮੈਂ ਤਾਂ ਸਾਰੀਆਂ ਕੌਮਾਂ ਨੂੰ ਗੱਲ ਜਿਹੜੀ ਕਰਨੀ ਚਾਹਾਂਗਾ, ਹੈ ਨਾ, ਜਿਹੜਾ ਸਾਡਾ ਉਪਦੇਸ਼ ਆ ਗੁਰਬਾਣੀ ਦਾ ਉਹ ਚੌਹਾਂ ਵਰਨਾਂ ਵਾਸਤੇ ਸਾਂਝਾ ਹੈ, ਅਤੇ ਹਰ ਇੱਕ ਮਾਂ ਬਾਪ ਨੂੰ ਇਹੋ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਧਰਮ ਦੇ ਅਨੁਸਾਰ ਉਹਨਾਂ ਦੇ ਵਿਰਸੇ ਦੇ ਨਾਲ ਧਰਮ ਦੇ ਨਾਲ ਜੋੜੋ, ਅਤੇ ਤਾਂ ਕਿ ਜਿਹੜੀ ਸਾਡੇ ਇਸ ਸਮੇਂ ਸੰਸਾਰ ਦੇ ਵਿੱਚ ਹਫੜਾ ਦਫੜੀ ਪਈ ਆ ਜਾਂ ਹੋਰ ਈਰਖਾ ਲੜਾਈਆਂ ਝਗੜੇ ਨੇ, ਅਗਰ ਸਾਡੀ ਜਨਰੇਸ਼ਨ ਧਰਮ ਨਾਲ ਜੁੜੇਗੀ ਤਾਂ ਮੈਂ ਆਸ ਕਰਦਾ ਕਿ ਸਾਡੇ ਸਮਾਜ 'ਚ ਜੋ ਇਸ ਸਮੇਂ ਗੰਦਗੀ ਆ ਉਹ ਦੂਰ ਹੋ ਸਕਦੀ ਆ। ਮੈਂ ਤੁਸੀਂ ਅੰਮ੍ਰਿਤਪ੍ਰੀਤ ਦਾ ਇਹ ਗੁਣ ਕਦੋਂ ਪਹਿਚਾਨਿਆ ਅਤੇ ਕਿਵੇਂ ਇਹਨਾਂ ਨੂੰ ਇਸ ਰਾਹ ਤੇ ਪਾਇਆ? ਅਸਲ ਦੇ ਵਿੱਚ ਜਿਹੜਾ ਮੇਰਾ ਪਰਸਨਲ ਘਰ ਦਾ ਮਾਹੌਲ ਸੀ ਇਹ ਸੀਗੇ, ਅਸੀਂ ਕਦੀ ਵੀ ਆ ਜਿਹੜੇ ਇਸ਼ਕ ਮੁਸ਼ਕ ਵਾਲੇ ਗੀਤ ਸੀ ਇਹ ਕਦੀ ਵੀ ਨਹੀਂ ਸੁਣੇ, ਵੱਜਦੇ ਨਹੀਂ, ਚਾਹੇ ਟੀ ਵੀ ਸੀ ਚਾਹੇ ਡੈੱਕ ਸੀ, ਬਚਪਨ ਤੋਂ ਹੀ ਗੁਰਬਾਣੀ ਇਹਨਾਂ ਦੇ ਬਚਪਨ ਤੋਂ ਵੀ ਪਹਿਲਾਂ ਤੋਂ ਗੁਰਬਾਣੀ ਹਰ ਵੇਲੇ ਚੱਲਦੀ, ਅਤੇ ਉਹ ਗੁਰਬਾਣੀ ਜਿਹੜੀ ਇਹਨਾਂ ਦੀ ਸੁਰਤ ਦੇ ਵਿੱਚ ਵਸੀ, ਜਦੋਂ ਮਹਿਸੂਸ ਕੀਤਾ ਵੀ ਇਹ ਜਦੋਂ ਕਿਤੇ ਡੈੱਕ ਦੇ ਉੱਤੇ ਕੀਰਤਨ ਲੱਗਣਾ ਜਾਂ ਹਰਿਮੰਦਰ ਸਾਹਿਬ ਆਉਣਾ ਅਤੇ ਇਹਨੇ ਦੋ ਡੱਬੇ ਲੈ ਕੇ ਜਾਂ ਵਜਾਉਣੇ ਸ਼ੁਰੂ ਕਰ ਦੇਣੇ, ਅਤੇ ਫਿਰ ਮੈਨੂੰ ਮਹਿਸੂਸ ਹੋਇਆ ਵੀ ਜਿਹੜਾ ਵਾ ਇਸ ਬੱਚੇ ਦਾ ਰੁਚੀ ਹੈਗੀ ਆ ਅਤੇ ਇਹਨੂੰ ਉਸਤਾਦ ਕੋਲ ਭੇਜਿਆ ਜਾਵੇ। ਅਤੇ ਬਟਾਲੇ ਦੇ ਤੁਹਾਨੂੰ ਪਤਾ ਵੀ ਬਹੁਤ ਸਾਰੇ ਉਸਤਾਦ ਸੀਗੇ, ਕੁਛ ਬਾਹਰ ਚਲੇ ਗਏ, ਕੁਛ ਇਸ ਤਰ੍ਹਾਂ, ਹੈ ਨਾ। ਅਤੇ ਫਿਰ ਵੀ ਜਿੰਨੀ ਕੁ ਕੋਸ਼ਿਸ਼ ਹੋਈ ਫਿਰ ਚੰਗੇ ਤੋਂ ਚੰਗੇ ਉਸਤਾਦ ਕੋਲ, ਸਭ ਤੋਂ ਪਹਿਲਾਂ ਸਾਡੇ ਗੁਰਦੁਆਰਾ ਸਾਹਿਬ ਹੀ ਆਉਂਦੇ ਸੀ ਭਾਈ ਇਕਬਾਲ ਸਿੰਘ ਜੀ, ਉਹਨਾਂ ਨੇ ਸ਼ੁਰੂਆਤ ਕਰਾਈ, ਅਤੇ ਉਸ ਤੋਂ ਬਾਅਦ ਫਿਰ ਭਾਈ ਹਰਦੇਵ ਸਿੰਘ ਹੋਣਾ ਕੋਲ ਭੇਜਿਆ, ਉੱਥੋਂ ਫਿਰ ਲਗਾਤਾਰ ਉਹਨਾਂ ਤੋਂ ਕਰਦਾ ਕਰਦਾ ਹੁਣ ਅੱਜ ਕੱਲ੍ਹ ਜਲੰਧਰ ਤੋਂ ਕਰਤਾਰਪੁਰ ਤੋਂ ਆਉਂਦੇ ਨੇ ਬਟਾਲੇ, ਉਸਤਾਦ ਬਬਲੂ ਜੀ ਉਹਨਾਂ ਕੋਲ ਜਾਂਦਾ, ਅਤੇ
ਜੇ ਗਾਂ ਵੀ ਹੋਰ ਕੋਈ ਚੰਗਾ ਉਸਤਾਦ ਮਿਲ ਸਕਿਆ ਉਹਨਾਂ ਤੋਂ ਵੀ, ਉਸਤਾਦ ਤਾਂ ਸਾਰੇ ਹੀ ਚੰਗੇ ਹੁੰਦੇ ਨੇ ਹੈ ਨਾ, ਗੁਣ ਸਾਰਿਆਂ ਕੋਲ ਹੁੰਦੇ ਨੇ, ਅਤੇ ਇਹ ਤਾਂ ਉਸਤਾਦ ਦੇ ਉੱਤੇ ਵੀ ਜੇ ਡਿਪੈਂਡ ਕਰਦਾ ਹੈ, ਅਤੇ ਉਹਦੇ ਕੋਲ ਸਿੱਖਣ ਵਾਲੇ ਸਿੱਖਿਆਰਥੀ 'ਤੇ ਵੀ ਡਿਪੈਂਡ ਕਰਦਾ ਵੀ ਉਹਨੇ ਕਿੰਨਾ ਕੁ ਸਿੱਖਣਾ ਹੈ। ਜਿੰਨਾ ਕਮੇਟੀਆਂ ਬਣੀਆਂ ਹੋਈਆਂ ਜੀ, ਸੰਸਥਾਵਾਂ ਬਣੀਆਂ ਹੋਈਆਂ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ, ਕਿਉਂਕਿ ਜੇ ਇਸ ਤਰੀਕੇ ਦੇ ਬੱਚਿਆਂ ਦੀ ਪਹਿਚਾਣ ਕੀਤੀ ਜਾਵੇ, ਇਹਨਾਂ ਦਾ ਸਾਥ ਦਿੱਤਾ ਜਾਵੇ, ਤਾਂ ਇਹ ਹੋਰ ਵੀ ਉੱਚੇ ਮੁਕਾਮ ਹਾਸਲ ਕਰਕੇ ਸਿੱਖ ਪੰਥ ਦਾ ਨਾਮ ਰੋਸ਼ਨ ਕਰ ਸਕਦੇ। ਦੇਖੋ ਜੀ, ਜਿਹੜਾ ਕੌਮੀ ਪੱਧਰ 'ਤੇ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਦੁਬਾਰਾ ਆਪਣੇ ਕੰਮ ਦਾ ਜਿਹੜਾ ਵਾ ਉਹ, ਕਿਉਂਕਿ ਸਮੇਂ ਸਮੇਂ ਜਿਹੜਾ ਹੁਣ ਦਾ ਸਮਾਂ ਇਹ ਕੁਛ ਹੋਰ ਮੰਗ ਕਰ ਰਿਹਾ, ਅਸੀਂ ਕੁਛ ਹੋਰ ਕਰ ਰਹੇ ਹਾਂ। ਮੈਂ ਇਹ ਬੇਨਤੀ ਜਿਹੜੇ, ਹਾਂ ਜਿਹੜੇ ਚੰਗੇ ਕਾਰਜ ਹੋ ਰਹੇ ਉਹਨਾਂ ਵੱਲ ਤਾਂ ਧਿਆਨ ਦੇਣਾ ਬਣਦਾ ਹੀ ਆ। ਕੁਛ ਨਵੇਂ ਜਿਹੜੀ ਸਾਡੀ ਹੁਣ ਨੌਜਵਾਨ ਪੀੜ੍ਹੀ ਆ, ਸਮਾਂ ਬੜਾ ਐਡਵਾਂਸ ਆ, ਇਹਨਾਂ ਨੂੰ ਛੋਟੇ ਛੋਟੇ ਸਟੱਡੀ ਸਰਕਲਾਂ ਦੇ ਵਿੱਚ, ਸੈਮੀਨਾਰਾਂ ਦੇ ਵਿੱਚ ਜਾਂ ਇਹਨਾਂ ਦੀ ਕਾਉਂਸਲਿੰਗ ਕਰਕੇ ਇਹਨਾਂ ਦੇ ਅੰਦਰ ਜਿਹੜਾ ਟੈਲੈਂਟ ਆ ਉਹਨੂੰ ਪਛਾਣਨਾ ਪਵੇਗਾ। ਪਛਾਣ ਕੇ ਫਿਰ ਇਹਨਾਂ ਨੂੰ ਮੌਕੇ ਜਿਹੜੇ ਆ ਉਹ ਦੇਣੇ ਚਾਹੀਦੇ ਨੇ, ਉਹ ਸਾਰਾ ਇਹਨਾਂ ਨੂੰ, ਤਾਂ ਕਿ ਹਰ ਫੀਲਡ ਦੇ ਵਿੱਚ, ਜਿਹੜੇ ਵੀ ਫੀਲਡ, ਬਹੁਤ ਸਾਰੇ ਫੀਲਡ ਨੇ ਜਿਹੜੇ ਖਾਲੀ ਪਏ ਨੇ, ਜਿੱਥੇ ਸਾਡੇ ਕੌਮ ਦੇ ਨੌਜਵਾਨ ਨਹੀਂ, ਉਸ ਫੀਲਡ ਦੇ ਵਿੱਚ ਉਹਨਾਂ ਨੂੰ ਉੱਥੇ ਲੈ ਕੇ ਜਾਣਾ ਚਾਹੀਦਾ। ਇਹਦੇ ਬਾਰੇ ਜ਼ਰੂਰ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਮੇਰੀ ਕੌਮ ਦੇ ਆਗੂ ਨੇ, ਜ਼ਰੂਰ ਸੋਚਣ ਵੀ ਅਸੀਂ ਨੌਜਵਾਨਾਂ ਨੂੰ ਕੋਈ ਵੀ ਫੀਲਡ ਖਾਲੀ ਨਹੀਂ ਛੱਡਣਾ ਜਿੱਥੇ ਇਹ ਉਸ ਮੁਕਾਮ 'ਤੇ ਨਾ ਪਹੁੰਚਣ।